ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਵਿੰਦਰ ਪਾਣਾ ਤੇ ਅੱਜ ਬਾਈ ਆਏ ਆ ਮੁਕਤਸਰ ਮੇਲੇ ਦੇ ਵਿੱਚ। ਭਾਈ ਰੂਪਾ ਬਾਈਆਂ ਦਾ ਪਿੰਡ ਆ ਤੇ ਬਾਈ ਨਾਲ ਮਿਲਾਉਣੇ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਪਹਿਲਾਂ ਤਾਂ ਆਪਦਾ ਤੁਸੀਂ ਦੱਸੋ ਵੀ ਇੱਥੇ ਕੀ ਲੈ ਕੇ ਆਏ ਆ? ਅਸੀਂ ਲੈ ਕੇ ਆਏ ਆ 6611 4x4। 6611 4x4 ਬਾਈ ਟਰੈਕਟਰ, ਮਗਰ ਦੇਖ ਵੀ ਅੱਜ ਆ ਜਾਓਗੇ ਟਰੈਕਟਰ ਦਾ। ਬਾਈ ਬਾਕੀ ਮੇਲਾ ਲੱਗਿਆ ਪਿਆ ਵੇਖਣ ਦਾ ਪੂਰਾ, ਇੱਥੇ ਹਜੇ ਦਾ ਮੇਲਾ ਸਟਾਰਟ ਹੀ ਆ। ਹਾਂਜੀ। ਤੇ ਬਾਈ ਆਪਣਾ ਐਡਰੈਸ ਦੱਸੋ। ਐਡਰੈਸ ਹੈਗਾ ਜਿਹੜੇ ਚ ਮਰਜੀ ਬੰਦਾ ਚੈੱਕ ਕਰ ਸਕਦੇ। ਅੱਛਾ, ਪਹਿਲੇ ਟਰੈਕਟਰ ਆ ਬਾਈ ਜਿਹੜਾ 4x4 ਤਾਂ ਹਾਈ ਲੋ ਦੇ ਵਿੱਚ ਆ ਬਾਈ ਨੇ, ਤੇ ਬਾਕੀ ਬਾਈ ਕਹਿੰਦਾ ਇੱਥੇ ਡੈਮੋ ਲੈ ਕੇ ਆਉਂਦਾ ਬਾਈ। ਜੇ ਕਿਸੇ ਨੂੰ ਤਿਆਰ ਕਰਾਉਣਾ ਬਾਈ ਦੇ ਕੋਲੇ ਵੀ ਜਾ ਸਕਦੇ ਆ ਵਗੈਰਾ। ਬਾਕੀ ਸਾਰਾ ਟਰੈਕਟਰ ਬਾਰੇ ਜਾਣਕਾਰੀ ਦਊਗਾ ਬਾਈ ਇੱਕ ਪਾਰਟ ਬਾਰੇ। ਬਈ ਜਿਵੇਂ ਪੰਪ ਵਗੈਰਾ ਲਾਉਂਦੇ ਆ ਕਿ ਲੋਹੜੀ ਦੀ ਲੇਟ ਦੀ ਕੁਐਸਟੀ ਬਹੁਤ ਹੋਈ ਵਿੱਚ ਵਧਾ ਦੀ। ਠੀਕ ਆ। ਬਾਕੀ ਇੰਡੀਕੇਟਰ ਵਗੈਰਾ ਬਾਈ ਨੇ ਬਹੁਤ ਸੋਹਣੇ ਰੇਟ ਤੇ ਲਾਏ ਆ। ਮਗਰ ਬਾਈ ਦੇਖੋ, ਬਾਈ ਦਾ ਐਡਰੈਸ ਵੀ ਆ, ਭਾਈ ਰੂਪਾ, ਨੰਬਰ ਵਗੈਰਾ ਵੀ ਹੈਗਾ 98888-11-165। ਬਾਕੀ ਬਾਈ ਇੰਸਟਾ ਤੇ ਯੂਟਿਊਬ ਫੇਸਬੁੱਕ ਤੇ ਸਾਰਿਆਂ ਤੇ ਆ ਬਾਈ। ਬਾਕੀ ਟਰੈਕਟਰ ਬਾਈ ਲੁੱਕ ਵਾਈਜ਼ ਦੇਖੋ ਬਾਈ, ਸਾਰਾ 400 ਤੁਹਾਨੂੰ ਦਿਖਾਉਣੇ ਆ। ਤੇ ਜਾ ਜਾ ਬਾਈ ਨਵਾਂ ਲੈ ਲਿਆ, ਉਹ ਜੇ ਕੰਮ ਆ ਬਾਈ ਕੋਲੇ ਦਾ। ਇੱਕ ਵਾਰੀ ਉਹਦੇ ਕੋਲ ਟਰੈਕਟਰ ਦੇ ਦੋ ਬਾਈ ਨੂੰ, ਪੁਰਾਣਾ ਤੇ ਨਵਾਂ ਲੈ ਜਾਓ। ਬਾਕੀ ਬਾਈ ਕੋਈ ਪੰਪ ਵਗੈਰਾ ਦੇ ਚੇਂਜਸ? ਪੰਪ ਨਵਾਂ ਹੀ। ਪੰਪ ਨਵਾਂ? ਠੀਕ ਆ ਬਾਈ। ਇਹ ਪੁਰਾਣਾ ਕੋਈ ਕੰਮ ਨਹੀਂ ਕਰਨਾ ਬਾਈ, ਕੰਮ ਛੱਡਣਾ ਨਹੀਂ, ਕਰਨਾ ਹੀ ਨਹੀਂਗਾ ਉਹ ਕੰਮ। ਠੀਕ ਆ ਬਾਈ। ਸ਼ੋ ਵੀ ਸਾਰੀ ਬਾਈ ਕਹਿੰਦਾ ਅੱਗੋ ਉੱਪਰੋਂ ਓਪਨ ਹੁੰਦੀ ਹੈ ਬਾਈ, ਕਰਕੇ ਦਿਖਾਓ ਵਗੈਰਾ। ਠੀਕ ਆ ਬਾਈ।